ਅੱਜ ਆਕਲੈਂਡ ਵਿੱਚ ਜਿਨ੍ਹਾਂ ਦੋ ਨਵੇਂ ਕੋਰੋਨਾ ਵਾਇਰਸ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਉਹਨਾਂ ਵਿੱਚੋਂ ਇੱਕ ਕੇਸ ਬਾਰੇ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਅਤੇ ਇਸ ਦੇ ਨਜ਼ਦੀਕੀ ਸੰਪਰਕਾਂ ਨੂੰ ਘਰੋਂ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਆਕਲੈਂਡ ਵਿੱਚ ਇਸ ਕੇਸ ਨੂੰ ਲੈ ਕੇ ਅਲਰਟ ਲੈਵਲ ਬਦਲਣ ਦੀ ਜ਼ਰੂਰਤ ਹੈ ਜਾਂ ਨਹੀਂ ਇਸ 'ਤੇ ਕੱਲ੍ਹ ਫੈਸਲਾ ਲਿਆ ਜਾਵੇਗਾ ਇਸ ਗੱਲ ਦੀ ਜਾਣਕਾਰੀ ਕੋਵਿਡ-19 ਐਮਰਜੈਂਸੀ ਰਿਸਪੋਂਸ ਮਿਨਿਸਟਰ ਕ੍ਰਿਸ ਹੌਪਕਿੰਸ ਵੱਲੋਂ ਦਿੱਤੀ ਗਈ ਹੈ Anyone in the Auckland area, and indeed anywhere throughout New Zealand, who has cold or flu symptoms should get a test and stay at home until they have a negative test result. Out of an abundance of caution, we are asking people who work in downtown Auckland to work from home tomorrow where possible.